ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਅਗੇਨ ਔਨ ਬਸੀ ਵਲੌਗ। ਸੋ ਤੁਸੀਂ ਸਾਰੇ ਫੁੱਲ ਘੈਂਟ ਹੋਵੋਗੇ, ਪਰ ਸਾਡਾ ਜਿੱਡਾ ਜਿਹਾ ਫਤਿਹ ਸਿੰਘ ਬਿਮਾਰ ਹੈ। ਠੀਕ ਹੋ ਗਿਆ ਸੀ ਫੀਵਰ, ਪਰ ਫਿਰ ਚੜ੍ਹ ਗਿਆ। ਪਰ ਹੁਣ ਇੱਕ ਵਾਰੀ ਮੈਡੀਸਿਨ ਦਿੱਤੀ ਹੈ, ਜੇ ਦੁਬਾਰਾ ਫਿਰ ਚੜ੍ਹ ਗਿਆ ਫਿਰ ਡਾਕਟਰ ਨੂੰ ਕਹਾਂਗੇ ਮੋਟੀ ਜਿਹੀ ਕੋਈ ਸੂਈ ਲਾਓ ਫਤਿਹ ਜੀ। ਸਾਡੀ ਪਾਰਟੀ ਤਿਆਰ ਹੋ ਕੇ ਬੈਠੀ ਹੈ। ਮੈਨੂੰ ਪਤਾ ਜਿਹੜਾ ਮੈਂ ਹੁਣ ਵਲੌਗ ਪਾਇਆ, ਪਿੱਛੇ ਮੇਰੇ ਮੂੰਹ ਚੋਂ ਵੀਕਣ ਨਿਕਲ ਗਿਆ ਤੇ ਵੀਕਣ ਦਰਵਾਜ਼ੇ ਪਿੱਛੇ ਮੇਰੇ ਟੰਗੀ ਹੈ। ਠੀਕ ਹੈ, ਤੇ ਉਹ ਛੁੱਟੀ ਤੇ ਚੱਕਰ ਚ ਐਵੇਂ ਲੱਗਿਆ ਵੀ ਅੱਜ ਸੰਡੇ ਆ ਵੀ ਅੱਜ ਵੀਕਐਂਡ ਹੈ। ਚਲੋ ਆਪਣੀ ਤਾਂ ਜਦੋਂ ਛੁੱਟੀ ਉਦੋਂ ਹੀ ਵੀਕਐਂਡ ਤੇ ਅਸੀਂ ਮੈਂ ਜਾ ਰਹੇ ਹਾਂ। 3:30 ਹੋ ਗਏ ਨੇ, ਜਾਣਾ ਕਿੱਥੇ ਅਜੇ ਕੁਛ ਵੀ ਕਨਫਰਮ ਨਹੀਂ ਹੈਗਾ, ਪਹਿਲਾਂ ਸਲਾਮ ਦੇ ਕੰਮ ਖਤਮ ਕਰਕੇ ਫਿਰ ਜਾਣਾ। ਹਾਂਜੀ ਦੱਸੋ ਜੀ, ਪਹਿਲਾਂ ਸਲਾਮ ਦੇ ਕੰਮ ਖਤਮ ਕਰਾਂਗੇ ਫਿਰ ਹੀ ਜਾਵਾਂਗੇ। ਹੈਂ ਇੱਧਰ, ਹੈਂ ਕੀ ਹੋਇਆ? ਕੁਛ ਨਹੀਂ, ਕੁਛ ਨਹੀਂ ਹੋਇਆ। ਹਾਂਜੀ ਫਿਰ ਕੀ ਲੈਣਾ ਉੱਥੋਂ, ਕੀ ਲੈਣਾ? ਅਜੇ ਹੋਈ ਨਹੀਂ ਤੂੰ, ਲੈ ਤੂੰ ਕਿਹੜੇ ਵਿਆਹ ਜਾਣਾ ਪਾ ਕੇ। ਸੰਗਰੂਰ ਜਾਣਾ ਏ ਤੇ ਉੱਥੋਂ ਮੈਂ ਹੋਰ ਕੋਈ ਨੀ, ਇੱਥੇ ਲੱਗੀ ਰਹਿੰਦੇ ਹੁਣ। ਪਾਪਾ ਨੇ ਕਿਹਾ ਹੁਣ ਉੱਥੇ ਕਿੱਥੇ ਲਾਣੀ ਗੱਡੀ ਚ, ਕੁਛ ਨੀ ਹੁੰਦਾ, ਕੋਈ ਗੱਲ ਨੀ। ਚਲੋ ਹੁਣ ਟਾਈਮ ਬਹੁਤ ਹੋ ਗਿਆ, ਟਾਈਮ ਕਿੰਨਾ ਹੋ ਗਿਆ ਨਾ ਨੀ ਹੈ, ਕਾਹਤੋਂ ਕਹਿੰਦੀ ਹੈ ਵਿਚਾਰੇ ਨੂੰ ਇਹ ਸਾਡਾ ਲੱਲੂ। ਹੁਣ ਠੀਕ ਹੈ ਥੋੜਾ ਜਿਹਾ, ਨਾ ਨੀ ਹੈ ਕਾਹਤੋਂ ਨਕਲਾਂ ਲਾਉਣੀ ਅਮਨ, ਤੇਰੀ ਨਕਲਾਂ ਲਾਉਣ ਦੀ ਆਦਤ ਨੀ ਜਾਂਦੀ ਹੈਗੀ। ਫਤਿਹ ਇੱਧਰ ਦੀ, ਚਲੋ ਫਤਿਹ। ਹਾਂ ਲੱਗੇ ਲੱਗੇ ਬਹੁਤ ਜ਼ਿਆਦਾ, ਜਾਓ ਜਾਓ ਕੱਦੂ ਵੇਖ ਲਓ ਪਹਿਲਾਂ। ਹੋਰ ਭਾਜੀ ਅਸੀਂ ਚੱਲਦੇ ਆ, ਰਹਿੰਦੇ ਇਹਨਾਂ ਨੂੰ ਕੱਦੂ ਵੇਖਣ ਦੋ। ਕਰਦਾ ਬੰਦ, ਆ ਜਾ ਯਾਰ ਆ ਜਾ ਅਮਨ। ਚਲੋ ਫਤਿਹ ਤੁਸੀਂ ਕਿਹਦੀ ਵੇਟ ਕਰ ਰਹੇ ਹੋ, ਦਾਦੀ ਨੂੰ ਬਾਏ ਕਰ ਦੋ। ਚਲੋ ਹੈਨਾ, ਰੱਖੜੀ ਬਣਾ ਆਪਣੀ ਦੀ ਦੀਦੀ ਤੋਂ, ਇਹ ਵੀ ਤੇਰਾ ਵੀਰਾ ਹੀ ਹੈ ਹੈਨਾ। ਕੀ ਕਹਿੰਦੀ, ਮੈਂ ਬੰਦਾ। ਚਲੋ ਹੁਣ ਬਾਏ ਬਾਏ ਕਰ ਦੋ, ਹੈਪੀ ਰੱਖੜੀ। ਕਲਰ ਬਹੁਤ ਡਾਰਕ ਹੈ, ਲੈਣਗੇ
ਵੈਲਕਮ। ਤੈਨੂੰ ਕਿਹਾ ਗੇੜਾ ਹੀ ਗੇੜਾ ਪਾ ਕੇ ਆ ਗਈ। ਇਹਦਾ ਤਾਂ ਕੰਬੀਨੇਸ਼ਨ ਬਹੁਤ ਸੋਹਣਾ ਕੰਬੀਨੇਸ਼ਨ ਆ, ਪਰ ਜ਼ਿਆਦਾ ਲੱਗ ਰਿਹਾ ਡਾਰਕ। ਪਰ ਡਾਰਕ ਨਹੀਂ ਪੈਣਾ ਹੈਗਾ ਹਨਾ। ਪਰ ਚੱਕ ਪਾਪਾ ਦਾ ਫੋਨ ਉੱਥੇ ਦੇਖ ਲੈ। ਦੇਖੋ ਜੀ ਲਓ ਜੀ, ਸੋਹਣਾ ਲੱਗ ਰਿਹਾ। ਅਮਨ ਹੋਰ ਕੋਈ ਕੱਟ ਰਹੀ ਪਰ ਇਹ ਖੁੱਲਾ ਜ਼ਿਆਦਾ ਹੈ ਜਿਹੜਾ ਤੂੰ ਪਾਇਆ ਹੋਇਆ। ਆਪ ਹੀ ਲਿਆ ਇਹ ਤਾਂ ਜ਼ਿਆਦਾ ਹੀ ਲੰਬਾ। ਕਿਹੜਾ ਵਿਆਹ ਕਰੇ ਥੱਕ ਗਈ ਭਾਜੀ, ਉਹ ਟਰਾਈ ਕਰ ਕਰਕੇ ਇਹ ਖੁਦ ਵੀ ਨਹੀਂ ਟਰਾਈ ਕਰਨਾ ਚਾਹੁੰਦੀ। ਵੈਸਟਰਨ ਵਧੀਆ ਲੱਗਦਾ ਵੈਸੇ ਪਾਇਆ ਹੋਇਆ। ਅਮਨ ਸੋਹਣਾ ਲੱਗ ਰਿਹਾ, ਮੈਨੂੰ ਸਮਝ ਨਹੀਂ ਆਉਂਦੀ, ਪਤਾ ਨਹੀਂ ਤੈਨੂੰ ਆਪਣੇ ਆਪ ਨੂੰ ਹੀ ਨਹੀਂ ਕੰਫੀਡੈਂਸ ਆਉਂਦਾ ਹੈਗਾ। ਸੋਹਣਾ ਲੱਗ ਰਿਹਾ ਯਾਰ, ਪਿੱਛੇ ਦਿਖਾਈ। ਹਾਂ ਟੀ ਸ਼ਰਟ ਨਹੀਂ ਲਿਆ ਮਤਲਬ ਟੋਪ ਹੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ। ਅਤੇ ਸਕੂਲ ਤੋਂ ਮੈਂ ਆ ਗਈ ਸੀਗੀ 2:30 ਵਜੇ, ਉਹੀ ਤੁਹਾਨੂੰ ਡੇਲੀ ਦੀ ਟਾਈਮਿੰਗ ਪਤਾ ਹੀ ਹੈ। ਅਤੇ ਅੱਜ ਤਾਂ ਬਹੁਤ ਜ਼ਿਆਦਾ ਲੇਟ ਹੋ ਗਿਆ, ਸਕੂਲ ਅੱਜ ਬਹੁਤ ਜ਼ਿਆਦਾ ਕੰਮ ਸੀਗਾ, ਕਲਚਰਲ ਐਕਟੀਵਿਟੀ ਸੀਗੀ, ਜਿਹੜਾ ਸਮਾਨ ਤੁਹਾਨੂੰ ਮੈਂ ਕਹਿ ਰਹੀ ਸੀਗੀ ਉਹ ਵੀ ਉਹਦੇ ਵਾਸਤੇ ਇਕੱਠਾ ਕੀਤਾ ਸੀਗਾ। ਅਤੇ ਆ ਕੇ ਮੈਂ ਸੌਂ ਗਈ ਜਸਟ, ਹੁਣੇ ਉੱਠੀ ਹਾਂ, 4:30 ਹੋ ਗਏ। ਲਓ ਜੀ ਟਾਈਮ ਵੀ ਦੇਖ ਲਓ, ਇੱਧਰ ਅਮਨ ਹੋਰੀ ਜਾਣ ਦੀ ਤਿਆਰੀ ਕਰ ਰਹੇ ਆ, ਸਮਾਨ ਇਹਨਾਂ ਨੇ ਕੱਢ ਕੇ ਰੱਖ ਲਿਆ। ਅਤੇ ਮੈਂ ਹੁਣ ਉੱਠ ਕੇ ਚਾਹ ਚੂਹ ਪੀਣੀ ਆ। ਹੁਣ 4:30 ਹੋਏ, ਮੈਨੂੰ ਹੁਣ ਟੈਂਸ਼ਨ ਇਹ ਹੋ ਰਹੀ ਕਿ ਮੈਂ ਹੁਣ ਇੰਸਟੈਂਟ ਹੀ ਵਲੌਗ ਸ਼ੂਟ ਕਰ ਰਹੀ ਹਾਂ ਅਤੇ 5:30 ਵਜੇ ਤੱਕ ਪਾਉਣਾ ਹੈ। ਹੈ ਦੁੱਧ ਹੈਗਾ ਅੱਜ ਬਣਾਉਣਾ ਕੀ ਰਾਤੀ? ਅੱਛਾ ਅਤੇ ਤੁਸੀਂ ਕਿੰਨੇ ਵਜੇ ਜਾਣਾ? ਅਤੇ ਲਓ ਜੀ ਮੈਂ ਇੱਧਰ ਚਾਹ ਧਰਾਂ। ਹਾਂ ਲਓ ਜੀ ਇੱਧਰ ਚਾਹ ਧਰਤੀ, ਮੈਂ ਚਾਹ ਪੀ ਕੇ ਨਾ। ਇੱਧਰ ਅਮਨ ਨੇ ਕੱਦੂ ਕੱਟਿਆ ਪਿਆ ਅਤੇ ਕੱਦੂ ਨੂੰ ਆਪਾਂ ਲਾਉਂਦੇ ਹਾਂ ਤੜਕਾ। ਨਾ ਕੱਦੂ ਖਾਣ ਨੂੰ ਜੀ ਕਰਦਾ ਨਾ ਕੁਛ ਹੋਰ, ਕੀ ਖਾਵੇ ਬੰਦਾ ਹੈ ਨਾ। ਅੱਜ ਤਾਂ ਬੜੀ ਨੀਂਦ ਆਉਂਦੀ, ਅੱਜ ਥੱਕ ਗਿਆ ਸਕੂਲ ਦੇ ਵਿੱਚ ਸੱਚੀ। ਬਾਹਰੇ ਪਤਾ ਨਹੀਂ ਕੀ ਲੱਗ ਗਿਆ। ਅਤੇ ਫਤਿਹ ਸਿੰਘ ਜੀ ਦਾ ਹੁਣ ਫੀਵਰ ਠੀਕ ਹੈ, ਪਰ ਫਤਿਹ ਸਿੰਘ ਰੈਸਟ ਹੀ ਨਹੀਂ ਕਰਦਾ ਹੈਗਾ, ਪਰ ਨੀਂਦ ਤਾਂ ਆ ਕੇ ਸੌਂ ਗਿਆ ਸੀ। ਅਤੇ ਆਹ ਦੇਖੋ ਸਾਰੇ ਜਣੇ, ਮੈਂ ਖੁਦ ਹੀ ਕਰ ਲਈ ਨੇਲ ਐਕਸਟੈਂਸ਼ਨ, ਅਤੇ ਮੈਂ ਕਿਹੜਾ ਇੰਨਾ ਨੋਟ ਲਾਊਗਾ, ਸੋਹਣੇ ਲੱਗ ਰਹੇ ਮੈਂ ਨਾ, ਕੀ ਦੱਸੋ ਕਿਵੇਂ ਦਾ ਲੱਗਦਾ ਨਾ। ਅਤੇ ਚਲੋ ਹੁਣ ਰਾਤ ਦਾ ਰੋਟੀ ਪਾਣੀ ਕਰਦੇ ਹਾਂ, ਉਦੋਂ ਬਾਅਦ ਫਿਰ ਤੁਹਾਨੂੰ ਮਿਲਦੇ ਹਾਂ। ਲਓ ਜੀ ਇੱਦਾਂ ਤੜਕਾ ਅਮਨ ਨੇ ਲਾਉਣਾ ਸ਼ੁਰੂ ਕਰਤਾ, ਚੱਲ ਮੈਂ ਤੜਕਾ ਲਾ ਜੂਗੀ ਸਬਜ਼ੀ ਨੂੰ, ਮੇਰਾ ਕੰਮ ਹੌਲਾ ਹੋ ਜੂਗਾ ਥੋੜ੍ਹਾ ਜਿਹਾ। ਹੋਰ ਲੇਟ ਹੋ ਗਿਆ, ਸਹੀ ਗੱਲ, 5 ਤਾਂ ਵੱਜ ਗਏ ਨੇ, ਉੱਤੋਂ ਮੌਸਮ ਵੀ ਖਰਾਬ ਹੈ, ਮੌਸਮ ਖਰਾਬ ਕਰਕੇ ਨਹੇਰਾ ਵੀ ਛੇਤੀ ਪੈ ਜਾਣਾ। ਤੇਲ ਕਿੱਥੇ, ਤੇਲ ਪਾਵਾਂ ਨਹੀਂ ਜਦੋਂ ਤੱਕ ਮੈਂ ਇਹਦੇ 'ਚ, ਬਲੀ ਵੀ ਸਾਰਾ ਆਕ ਪੈ ਗਿਆ ਸੀ, ਉਹ ਵੀ ਮੈਨੂੰ ਲੱਗਦਾ ਸੱਟ ਗਿਆ ਸੀ। ਫਿਰ ਉਹ ਜੀ ਫਾਈਨਲੀ ਨਾ ਮੈਂ ਕੱਲ੍ਹ ਸ਼ੋਪਿੰਗ ਕਰਕੇ ਆਈ ਹਾਂ ਥੋੜ੍ਹੀ, ਵੈਸੇ ਬਹੁਤ ਟਾਈਮ ਹੋ ਗਿਆ ਸੀਗਾ ਖਰੀਦੇ ਨਹੀਂ ਸੀ ਕੱਪੜੇ, ਅਤੇ ਫਿਰ ਮੈਂ ਇੱਕ ਹਾਂ ਜੀਨਸ ਲੈ ਕੇ ਆਈ ਹਾਂ, ਅਤੇ ਇਹਦੇ ਨਾਲ ਮੈਨੂੰ 2 ਟੋਪ ਨਹੀਂ ਦਿੱਤਾ, ਸ਼ਰਟ ਹੈ ਇੱਕ ਆਹ ਵਾਲੀ ਸ਼ਰਟ ਹੈ, ਬਾਕੀ ਮੈਂ ਤੁਹਾਨੂੰ ਜਦੋਂ ਪਾਵਾਂਗੀ ਉਦੋਂ ਦਿਖਾਵਾਂਗੀ। ਇੱਕ ਆਹ ਸ਼ਰਟ ਲਈ ਹੈ, ਅਤੇ ਕੁੜਤਾ ਤਾਂ ਆਈ ਥਿੰਕ ਮੈਂ ਤੁਹਾਨੂੰ ਉਦੋਂ ਦਿਖਾਇਆ ਸੀਗਾ, ਅਤੇ ਆਹ ਟੋਪ ਹੈ।
ਵੀ ਬੜਾ ਸੋਹਣਾ, ਮੀਨਸ ਜਿਵੇਂ ਫਰੋਕ ਟਾਈਪ ਜਿਹਾ ਨਹੀਂ ਹੁੰਦਾ ਹੈਗਾ ਉਵੇਂ ਬਣਿਆ, ਜਸਟ ਡਿਜ਼ਾਇਨ ਦਿਖਾ ਦਿੰਦੀ ਹਾਂ, ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੀ ਵੇਅਰ ਕਰਕੇ ਪਤਾ ਲੱਗਣਾ। ਅਤੇ ਆਹ ਟਰਾਊਜ਼ਰ ਤੁਸੀਂ ਮੰਨੋਗੇ ਘੱਟੋ ਘੱਟ 1 ਸਾਲ ਹੋ ਗਿਆ, ਟਰਾਊਜ਼ਰ ਮੈਂ ਨਵਾਂ ਲਿਆ ਅਤੇ ਪਾਇਆ ਹੀ ਹੈਗਾ, ਅਤੇ ਫਾਈਨਲੀ ਕੱਲ੍ਹ ਜਾ ਕੇ ਆਹ ਟੋਪ ਇਹਦੇ ਨਾਲ ਫਿਰ ਮੈਂ ਮੈਚ ਕੀਤਾ। 1 ਵਾਈਟ ਕੁੜਤਾ, ਉਹ ਮੈਨੂੰ ਲੱਗਦਾ ਮੈਂ ਦੂਜੇ ਪੋਲੀਥੀਨ 'ਚ ਪਾਤਾ, ਉਹ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿਉਂਕਿ ਸ਼ਾਇਦ ਸ਼ਾਇਦ ਕੀ ਨੀਤ ਦੀ ਹੈਗੀ ਹੈ ਅਪੁਆਇੰਟਮੈਂਟ ਆਪਣੀ ਪਟਿਆਲੇ ਰੱਖੜੀ ਵਾਲੇ ਦੇ ਆ, ਅਤੇ ਸਾਰਿਆਂ ਨੇ ਉੱਥੇ ਜਾਣਾ, ਅਤੇ ਜੇ ਬਾਈ ਚਾਂਸ ਮੇਰੀ ਛੁੱਟੀ ਹੋਈ ਫਿਰ ਮੈਂ ਵੀ ਜਾਊਂਗੀ, ਬਾਕੀ ਪਤਾ ਨਹੀਂ ਰੱਬ ਰੱਖਾ, ਜੇ ਨਾ ਛੁੱਟੀ ਹੋਈ ਤਾਂ ਫਿਰ ਨਹੀਂ ਜਾਣਾ ਹੈਗਾ। ਇੱਕ ਪੈ ਲਿਆ ਸੀਗਾ ਆਹ ਕੁੜਤਾ, ਹੁਣ ਮੈਂ ਇਕੱਲੀ ਅਮਨ ਨਾਲ ਬਾਹਰ ਕੰਮ ਕਰਦੀ ਪਈ ਹੈ ਤਾਂ ਕਰਕੇ ਦਿਖਾਇਆ ਨਹੀਂ ਜਾ ਰਿਹਾ, ਅਤੇ ਆਹ ਕੁੜਤਾ ਲਿਆ ਸੀਗਾ 1, ਅਤੇ ਸਾਰੀਆਂ ਚੀਜ਼ਾਂ ਵੇਅਰ ਕਰਕੇ ਫਿਰ ਹੀ ਦਿਖਾਉਂਗੀ, ਹੁਣ ਇੱਦਾਂ ਤਾਂ ਬਿਲਕੁਲ ਪਤਾ ਵੀ ਨਹੀਂ ਲੱਗਣਾ ਹੈਗਾ। ਚਲੋ ਮੈਂ ਹੁਣ ਯਾਰ ਪਹਿਲਾਂ ਚਾਹ ਪੀਵਾਂ, 1 ਮਿੰਟ ਪਹਿਲਾਂ ਤੜਕਾ ਲਾਵਾਂ ਜਾ ਕੇ ਸਬਜ਼ੀ ਨੂੰ, ਫਿਰ ਉਸ ਤੋਂ ਬਾਅਦ ਤੁਹਾਨੂੰ ਸ਼ੋਪਿੰਗ ਚੰਗੀ ਤਰ੍ਹਾਂ ਦਿਖਾਉਂਗੀ ਵੀ ਮੈਂ ਕੀ ਖਰੀਦਿਆ। ਪਿਆਜ਼ ਘੱਟ ਕੱਟੇ ਨੇ ਤੇ ਕੱਦੂ ਜ਼ਿਆਦਾ ਹੈ। ਹੋਰ ਪਿਆਜ਼ ਸਾਡੇ ਘਰਦਿਆਂ ਨੇ ਘੱਟ ਘੱਟ ਲਏ ਅਤੇ ਕੱਦੂ ਜ਼ਿਆਦਾ, ਅਤੇ ਅੱਜ ਇਹਨਾਂ ਸ਼ੁਕਰ ਮੀਂਹ ਪੈ ਗਿਆ, ਵੈਸੇ ਤਾਂ ਮੌਸਮ ਹੋਇਆ ਪਿਆ ਸੋਹਣਾ ਅਤੇ ਬਾਹਰੇ ਮੀਂਹ ਪੈ ਗਿਆ, ਵਧੀਆ ਹੋ ਗਿਆ। ਹਾਂ 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 ਬਾਹਰੇ ਠੰਡਾ ਠੰਡਾ ਲੱਗ ਰਿਹਾ, ਸ਼ੁਕਰ ਗਰਮੀ ਡਾਟਾ ਪਾਇਆ ਪਿਆ। ਵੈਸੇ ਵੀ ਅੱਜ ਭਾਦੋ ਦਾ ਮਹੀਨਾ ਚੜ੍ਹ ਚੁੱਕਿਆ ਹੈ ਅਤੇ ਗਿਆ ਸਾਉਣ, ਪਰ ਹੁਣ ਮੈਨੂੰ ਐਂ ਲੱਗਦਾ ਦੇਖਿਓ ਸਾਰੀ ਭਾਦੋ ਮੀਂਹ ਪੈ ਕੇ ਲੰਘੂਗੀ, ਓਪੋਜ਼ਿਟ ਹੁੰਦਾ ਸਾਉਣ ਦਾ ਮਹੀਨਾ ਇੱਦਾਂ ਲੰਘ ਜਾਂਦਾ ਹੁੰਦਾ, ਸਾਰੀ ਭਾਦੋ ਮੀਂਹ ਪੈਂਦੀ ਰਹਿੰਦੀ। ਚਲੋ ਜੀ ਚੰਗਾ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ। ਚਲੋ ਜੀ ਹੁਣ ਆਪਾਂ ਤਾਂ ਨਵੇਂ ਵਲੋਗ ਦੇ ਨਾਲ ਹੀ ਮਿਲਾਂਗੇ, ਮੈਨੂੰ ਇੱਥੇ ਐਂਡ ਕਰਨਾ ਪੈਣਾ, ਉੱਠਦੀ ਹਾਂ ਸਾਰੀ, ਮੈਂ ਪਹਿਲਾਂ ਚਾਹ ਪੀ ਲਈ ਤਾਂ ਪਹਿਲਾਂ ਸਬਜ਼ੀ ਸੀ, ਮੈਂ ਤੜਕਾ ਲਾਉਣ ਲੱਗ ਗਈ ਹਾਂ, ਹੁਣ ਪਹਿਲਾਂ ਮੇਰੇ ਕੰਮ ਕਰਨਾ ਵਲੋਗ ਵੀ, ਮੈਨੂੰ ਇੱਥੇ ਐਂਡ ਕਰਨਾ ਪੈਣਾ। ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਵਲੋਗ ਦੇ ਨਾਲ, ਅਤੇ ਹੋ ਤੁਸੀਂ ਸਾਰੇ ਦੇ ਤਦ ਤੱਕ ਵੀ ਸਾਰਿਆਂ ਨੂੰ ਪਿਆਰ ਥੋੜ੍ਹੀ, ਸਤਿ ਸ਼੍ਰੀ ਅਕਾਲ, ਹੱਸਦੇ ਹੱਸਦੇ ਰਹੋ, ਖੁਸ਼ ਰਹੋ। ਟਮਾਟਰ ਪਾ ਕੇ ਮੈਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਮੈਚ ਕਰਾਂਗੀ ਤੜਕਾ ਲਾ ਕੇ, ਫਿਰ ਉਸ ਤੋਂ ਬਾਅਦ ਇੱਥੇ ਪਾਵਾਂਗੇ ਬਾਕੀ ਸਾਰੇ ਮਸਾਲੇ।